ਸੋ ਗਾਇਜ਼, ਆਪਾਂ ਇਹ ਕਿਤਾਬ ਪੜ੍ਹ ਰਹੇ ਸੀ, ਇੱਕ ਰੁਪਿੰਦਰ ਸੋਜ ਜੀ ਦੀ ਲਿਖੀ ਵੀ ਆ। ਇੰਡੀਆ ਤੋਂ ਮੈਂ ਕੁਛ ਕਿਤਾਬਾਂ ਮੰਗਾਈਆਂ ਸੀ, ਉਹਨਾਂ 'ਚੋਂ ਇੱਕ ਇਹ ਵੀ ਆ ਜੀ, ਸੰਨਾਟਾ ਬੋਲਦਾ। ਸੋ ਬਹੁਤ ਹੀ ਸ਼ਾਨਦਾਰ ਕਿਤਾਬ ਲਿਖੀ ਵੀ ਆ, ਮੈਂ ਕੁਛ ਕੁ ਗਜ਼ਲਾਂ ਪੜ੍ਹੀਆਂ ਇਹਨਾਂ ਦੀਆਂ ਅਤੇ ਹਜੇ ਮੈਂ ਪੜ੍ਹਦਾ ਪਿਆ, ਅਤੇ ਉਹਨਾਂ 'ਚੋਂ ਇੱਕ ਗਜ਼ਲ ਮੈਨੂੰ ਬਹੁਤ ਪਸੰਦ ਆਈ। ਸੋ ਗਜ਼ਲ ਇੱਦਾਂ ਜੀ, ਸੰਨਾਟਾ ਬੋਲਦਾ ਇਸ ਪਾਰ ਹੋਣਾ ਹੋਰ ਕੀ ਹੋਣਾ, ਹਵਾ ਦੇ ਨਾਲ ਹਿਲਦਾ ਬਾਰ ਹੋਣਾ ਹੋਰ ਕੀ ਹੋਣਾ, ਜਗਾ ਕੇ ਰੱਖਦਾ ਹੈ ਨੈਣ ਹਰ ਪਲ ਜਿਸਮ ਵਿੱਚ ਕਿਹੜਾ, ਇਹ ਬੇਪਰਵਾਹ ਕਿਰਾਏਦਾਰ ਹੋਣਾ ਹੋਰ ਕੀ ਹੋਣਾ, ਸੰਨਾਟਾ ਬੋਲਦਾ ਉਸ ਪਾਰ ਹੋਣਾ ਹੋਰ ਕੀ ਹੋਣਾ, ਹੈਰਾਨੀ ਕੀ ਅਗਰ ਉਸਨੂੰ ਹੈ ਫਿਰ ਇੱਕ ਮਿਲ ਗਿਆ ਤਮਗਾ, ਕੋਈ ਸਰਕਾਰ ਦੇ ਵਿੱਚ ਯਾਰ ਹੋਣਾ ਹੋਰ ਕੀ ਹੋਣਾ, ਪਿਤਾ ਮੁਰਜਾ ਜਿਆ ਜਾਵੇ ਅਗਰ ਮੁਟਿਆਰ ਧੀ ਤੱਕ ਕੇ, ਉਹਦੇ ਸਿਰ ਕਰਜਿਆਂ ਦਾ ਭਾਰ ਹੋਣਾ ਹੋਰ ਕੀ ਹੋਣਾ, ਖੁਸ਼ੀ ਕਰਦੀ ਲਈ ਆਪਣਾ ਲਏ ਪਰਦੇਸ ਦੇ ਰਿਸ਼ਤੇ, ਕਹੇ ਮਾਂ ਦੇ ਲਿਆ ਮਨ ਮਾਰ ਹੋਣਾ ਹੋਰ ਕੀ ਹੋਣਾ, ਸੰਨਾਟਾ ਬੋਲਦਾ ਇਸ ਪਾਰ ਹੋਣਾ ਹੋਰ ਕੀ ਹੋਣਾ, ਹਵਾ ਦੇ ਨਾਲ ਹਿਲਦਾ ਬਾਰ ਹੋਣਾ ਹੋਰ ਕੀ ਹੋਣਾ, ਕਿਸੇ ਨਾਦਾਨ ਦੇ ਜਜ਼ਬਾਤ ਕੁਚਲੇ ਇਸ਼ਕ ਵਿੱਚ ਜਿਸਨੇ, ਜ਼ਮੀਰੋਂ ਮਰ ਗਿਆ ਕਿਰਦਾਰ ਹੋਣਾ ਹੋਰ ਕੀ ਹੋਣਾ, ਉਹਦੀ ਗੱਲਬਾਤ ਤੋਂ ਲੱਗਦਾ ਉਹ ਲੋਕਾਂ ਦੇ ਦਿਲਾਂ ਅੰਦਰ ਖੜੀ ਕਰਦਾ ਰਿਹਾ ਦੀਵਾਰ ਹੋਣਾ ਹੋਰ ਕੀ ਹੋਣਾ, ਜੋ ਪੀ ਕੇ ਜ਼ਹਿਰ ਤਨਹਾਈ ਦਾ ਹੱਸ ਕੇ ਰੋਜ਼ ਜੀ ਲੈਂਦੇ, ਗਮਾਂ ਦਾ ਲਾ ਰਿਹਾ ਓ ਭਾਰ ਹੋਣਾ ਹੋਰ ਕੀ ਹੋਣਾ, ਅਚਾਨਕ ਸੋਜ ਵਰਿਆਂ ਬਾਅਦ ਮੇਰੇ ਸ਼ਹਿਰ ਕਿਉਂ ਆਇਆ, ਉਹਨੂੰ ਆਪਣਾ ਕੋਈ ਕੰਮਕਾਰ ਹੋਣਾ ਹੋਰ ਕੀ ਹੋਣਾ, ਸੰਨਾਟਾ ਬੋਲਦਾ ਉਸ ਪਾਰ ਹੋਣਾ ਹੋਰ ਕੀ ਹੋਣਾ, ਹਵਾ ਦੇ ਨਾਲ ਹਿਲਦਾ ਬਾਰ ਹੋਣਾ ਹੋਰ ਕੀ ਹੋਣਾ, ਸੰਨਾਟਾ ਬੋਲਦਾ ਉਸ ਪਾਰ ਹੋਣਾ ਹੋਰ ਕੀ ਹੋਣਾ। ਸੋ ਇਹ ਗਜ਼ਲ ਤੁਸੀਂ ਸੁਣੀ, ਜੇ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰਿਓ, ਇਹਦੇ ਕਮੈਂਟ ਵੀ ਥੱਲੇ ਛੱਡਿਓ ਕਿਵੇਂ ਲੱਗੀ।